ਗੱਲ ਬਾਤ ਕਰਾਂਗੇ ਇੱਕ ਅਜਿਹਾ ਵਿਸ਼ਾ ਪੰਜਾਬੀ ਗਾਇਕੀ ਦੇ ਕਹਿ ਸਕਦੇ ਹਾਂ ਸ਼ਹੀਦ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਇੱਕ ਅਜਿਹਾ ਨਾਮ ਹੈ ਜੋ ਪੰਜਾਬ ਦੇ ਵਿੱਚ ਪੰਜਾਬੀ ਸੰਗੀਤ ਦੇ ਵਿੱਚ ਦੇਖਿਆ ਜਾਵੇ ਤਾਂ ਆਪਣੀ ਇਹਨਾਂ ਨੇ ਪਹਿਚਾਣ ਛੱਡੀ ਅੱਜ 35 ਵਰ੍ਹਿਆਂ ਬਾਅਦ ਵੀ ਉਸੇ ਤਰ੍ਹਾਂ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਨੂੰ ਯਾਦ ਕੀਤਾ ਜਾਂਦਾ ਜਿੱਦਾਂ 35 ਵਰ੍ਹਿਆਂ ਪਹਿਲਾਂ ਯਾਦ ਕੀਤਾ ਜਾਂਦਾ ਸੀ ਹਰ ਵਰਗ ਸੁਣਦਾ ਭਾਵੇਂ ਉਹ ਬੱਚਾ ਹੋਵੇ ਅਤੇ ਭਾਵੇਂ ਉਹ ਬਜ਼ੁਰਗ ਹੋਵੇ ਇਸ ਗੱਲਾਂ ਦੇ ਨਾਲ ਤੁਹਾਡੇ ਨਾਲ ਸਾਂਝ ਪਾਵਾਂਗੇ ਇੱਕ ਵੱਖਰੀ ਆਪਣੀ ਛਾਪ ਛੱਡਣੀ ਉਹਨਾਂ ਦੀ ਅਤੇ ਨਾਲ ਦੀ ਨਾਲ ਇੱਕ ਸਵਾਲ ਵੀ ਮਨ ਦੇ ਵਿੱਚ ਆਉਂਦਾ ਹੈ ਕਿ ਇਹੋ ਜਿਹੇ ਫਨਕਾਰ ਇਹੋ ਜਿਹੇ ਗੀਤਕਾਰ ਇਹੋ ਜਿਹੇ ਸੰਗੀਤਕਾਰ ਸਾਨੂੰ ਕਿਉਂ ਛੋਟੀ ਉਮਰੇ ਛੱਡ ਜਾਂਦੇ ਨੇ ਇਹੋ ਜਿਹੇ ਗੀਤਕਾਰਾਂ ਦਾ ਸੰਗੀਤਕਾਰਾਂ ਦਾ ਕਿਉਂ ਕਤਲ ਹੋ ਜਾਂਦਾ ਹੈ ਇਹ ਸਾਰੇ ਸਵਾਲਾਂ ਦੇ ਜਵਾਬ ਦੇਵਾਂਗੇ ਅੱਜ ਦੀ ਰਿਪੋਰਟ ਦੇ ਵਿੱਚ ਆਓ ਲੈ ਚੱਲਦੇ ਹਾਂ ਅਮਰ ਸਿੰਘ ਚਮਕੀਲਾ ਹੋਰਾਂ ਦੀ ਗੱਲ ਕਰਦੇ ਹਾਂ ਜੀ 17-18 ਸਾਲਾਂ ਦਾ ਇੱਕ ਨੌਜਵਾਨ ਸਾਈਕਲ ਸਵਾਰ ਦੀ ਦੁਕਾਨ 'ਤੇ ਹੱਸਣਾ ਨਹੀਂ ਹੁੰਦਾ ਯਾਰ ਮੈਂ ਕਰ ਲੂੰਗਾ ਆਪਣੇ ਆਪ ਕੁਰੈਕਸ਼ਨ ਮੈਨੂੰ ਪਤਾ ਲੱਗ ਗਿਆ 17-18 ਸਾਲਾਂ ਦਾ ਇੱਕ ਨੌਜਵਾਨ ਸਾਈਕਲ ਸਵਾਰ ਹੋ ਕੇ ਇੱਕ ਕੱਪੜੇ ਦੀ ਦੁਕਾਨ 'ਤੇ ਕੰਮ ਕਰਦਾ ਸੀ ਗੀਤਕਾਰੀ ਨਾਲ ਉਸਨੂੰ ਇੰਨਾ ਪਿਆਰ ਸੀ ਕਿ ਸ਼ਾਮ ਨੂੰ ਥੱਕੇ ਹੋਣ ਤੋਂ ਬਾਅਦ ਵੀ ਉਹ ਸਾਈਕਲ ਚੱਕ ਕੇ ਲੁਧਿਆਣੇ ਦੇ ਬੱਸ ਅੱਡੇ ਉਸਤਾਦ ਸੁਰਿੰਦਰ ਛਿੰਦਾ ਕੋਲ ਚਲਾ ਜਾਂਦਾ ਸੀ ਜਦ ਵੀ ਉਸ ਤੋਂ ਉਸਦੇ ਘਰ ਦੇ ਲੋਕ ਉਸ ਤੋਂ ਪੁੱਛਦੇ ਸਨ ਕਿ ਤੂੰ ਕੀ ਕਰਦਾ ਹੈ ਤਾਂ ਉਹ ਬੋਲਦਾ ਕਿ ਮੇਰੇ ਕੰਮ ਦਾ ਜਵਾਬ ਮੈਂ ਨਹੀਂ ਦੁਨੀਆ ਦੇਵੇਗੀ ਸੋ ਦੋਸਤੋ ਗੱਲ ਉਹੀ ਹੋਈ ਅੱਜ 35 ਵਰ੍ਹਿਆਂ ਬਾਅਦ ਵੀ ਜਿਸ ਤਰ੍ਹਾਂ ਮੈਂ ਸ਼ੁਰੂਆਤ ਕੀਤੀ ਕਿ 35 ਵਰ੍ਹਿਆਂ ਬਾਅਦ ਵੀ ਉਸਨੂੰ ਉਸੇ ਤਰ੍ਹਾਂ ਜਾਣਦੀ ਹੈ ਦੁਨੀਆ ਤਾਂ ਅੱਜ ਇਸ ਜੋ ਮੈਂ ਪੜ੍ਹ ਰਿਹਾ ਉਹਦੇ 'ਤੇ ਵੀ ਇਹੀ ਲਿਖਿਆ ਕਿ ਉਹ ਕਹਿੰਦਾ ਹੁੰਦਾ ਸੀ ਅਮਰ ਸਿੰਘ ਚਮਕੀਲਾ ਕਿ ਮੇਰਾ ਜਿਹੜਾ ਕੰਮ ਹੈ ਉਸਦਾ ਜਵਾਬ ਮੈਂ ਨਹੀਂ ਦੁਨੀਆ ਦੇਵੇਗੀ ਸੋ ਸੱਚ ਹੈ ਇਹ ਗੱਲ ਅੱਗੇ ਚੱਲਦੇ ਹਾਂ ਅੱਗੇ ਕੀ ਕਹਿੰਦੇ ਨੇ ਅਮਰ ਸਿੰਘ ਚਮਕੀਲਾ ਇਹ ਗੱਲ ਇੱਕ ਦਿਨ ਸੱਚ ਹੋ ਗਈ ਉਸਨੇ ਪਹਿਲੀ ਵਾਰ ਇੱਕ ਨਾਵਲ ਲਿਖਿਆ ਟਕੂਏ ਅਤੇ ਟਕੂਆ ਜੋ ਸੁਰਿੰਦਰ ਸੋਨੀਆ ਨਾਲ ਰਿਕਾਰਡ ਹੋਇਆ ਜਦ ਇਹ ਐਲਬਮ ਮਾਰਕੀਟ ਜਦ ਇਹ ਐਲਬਮ ਮਾਰਕੀਟ ਵਿੱਚ ਆਈ ਤਾਂ ਇਸ ਐਲਬਮ ਜਦ ਇਹ ਐਲਬਮ ਮਾਰਕੀਟ ਵਿੱਚ ਆਈ ਤਾਂ ਇਸ ਐਲਬਮ ਨੇ ਪੂਰੀ ਦੁਨੀਆ ਦੇ ਵਿੱਚ ਤਹਿਲਕਾ ਮਚਾ ਦਿੱਤਾ ਸੀ ਇਹ ਐਲਬਮ ਪਹਿਲੀ ਵਾਰ ਹੀ ਮਸ਼ਹੂਰ ਹੋ ਗਈ ਜਿਸ ਨਾਲ ਅਮਰ ਸਿੰਘ ਚਮਕੀਲਾ ਬਹੁਤ ਮਸ਼ਹੂਰ ਹੋ ਗਿਆ ਅਤੇ ਹੌਲੀ ਹੌਲੀ ਇਹ ਅਮਰ ਸਿੰਘ ਚਮਕੀਲਾ ਨੇ ਹੋਰ ਵੀ ਕਈ ਨਾਵਲ ਲਿਖੇ ਜਿਸ ਵਜ੍ਹਾ ਤੋਂ ਕਈ ਗਾਇਕਾਂ ਦਾ ਕੰਮ ਫੇਲ ਹੋ ਗਿਆ ਕਈ ਗਾਇਕ ਰੁੱਲ ਗਏ ਇਹ ਜਿਹੇ ਫਨਕਾਰ ਇਹੋ ਜਿਹੇ ਗੀਤਕਾਰ ਇਹੋ ਜਿਹੇ ਸੰਗੀਤਕਾਰਾਂ ਦਾ ਕਤਲ ਵੀ ਹੋ ਗਿਆ ਇਹ ਵੀ ਗੱਲ ਤੁਹਾਡੇ ਨਾਲ ਸਾਂਝੀ ਕਰਾਂਗੇ ਆਓ ਲੈ ਚੱਲਦੇ ਹਾਂ ਅੱਗੇ ਕੀ ਕਹਿੰਦੇ ਨੇ ਇੱਕ ਤਾਂ ਲਾਈਟ ਪੈ ਜਾਂਦੀ ਹੈ ਨਾ ਫਿਰ ਭੁੱਲ ਜਾਂਦਾ ਬੰਦਾ ਅਮਰ ਸਿੰਘ ਚਮਕੀਲਾ ਨੇ ਹੋਰ ਵੀ ਕਈ ਨਾਵਲ ਲਿਖੇ ਇਹ ਹੋਰ ਵੀ ਕਈ ਪਰ ਇੱਕ ਦਿਨ ਪਰ ਇੱਕ ਦਿਨ ਇਸ ਤਰ੍ਹਾਂ ਹੋਇਆ ਕਿ ਚਮਕੀਲਾ ਅਤੇ ਉਸਦੀ ਪਤਨੀ ਇੱਕ ਹਾਦਸੇ 'ਚ ਮਾਰੀ ਗਈ ਕੀ ਇਹ ਹਾਦਸਾ ਸੀ ਜਾਂ ਕਤਲ ਇਹ ਹਾਕਮਾ ਨਹੀਂ ਕੀ ਇਹ ਹਾਦਸਾ ਸੀ ਜਾਂ ਇਹ ਮਰਡਰ ਹਾਂ ਤੁਸੀਂ ਵੀ ਜਾਣਦੇ ਹੋ ਇਹ ਇੱਕ ਮਰਡਰ ਕੇਸ ਸੀ ਉਹਨਾਂ ਨੇ ਕਿਉਂ ਮਾਰਿਆ ਅਤੇ ਕਿਵੇਂ ਇਹ ਉਹਨਾਂ ਦੀ ਕਈ ਦੁਸ਼ਮਣੀ
ਉਹਨਾਂ ਨੇ ਕਿਉਂ ਮਾਰਿਆ ਚਮਕੀਲੇ ਨੂੰ? ਸਵਾਲ ਤਾਂ ਤੁਹਾਡੇ ਮਨ ਦੇ ਵਿੱਚ ਇਹ ਵੀ ਆਉਂਦਾ ਹੋਵੇਗਾ ਕਿ ਉਹਨਾਂ ਦੀ ਕਿਸੇ ਨਾਲ ਦੁਸ਼ਮਣੀ ਸੀ। ਨਹੀਂ, ਕੁਝ ਗੀਤ ਲੱਚਰ ਸਨ ਅਮਰ ਸਿੰਘ ਚਮਕੀਲਾ ਦੇ। ਇਸ ਗੀਤਾਂ ਦੀ ਵਜ੍ਹਾ ਤੋਂ ਚਮਕੀਲੇ ਨੇ ਕਈ ਗੀਤਕਾਰਾਂ ਤੋਂ ਮਾਫੀ ਵੀ ਮੰਗੀ। ਇਸ ਲੱਚਰ ਗਾਣਿਆਂ ਦੇ ਪਿੱਛੇ ਅਮਰ ਸਿੰਘ ਚਮਕੀਲਾ ਨੇ ਕਈ ਗੀਤਕਾਰਾਂ ਤੋਂ ਮਾਫੀ ਮੰਗੀ। ਚਮਕੀਲੇ ਨੂੰ ਸਿੰਘਾਂ ਵੱਲੋਂ ਧਮਕੀ ਭਰੇ ਪੱਤਰ ਆਉਣ ਲੱਗ ਗਏ ਸਨ। ਚਮਕੀਲਾ ਆਪਣੇ ਸਾਥੀ ਸਵਰਨ ਸੀਵੀਆ ਨਾਲ ਖੁਦ ਸਿੰਗਰਾਂ ਕੋਲ ਮਾਫੀ ਮੰਗ ਕੇ ਆਇਆ। ਚਮਕੀਲੇ ਨੇ ਵਾਅਦਾ ਕੀਤਾ ਕਿ ਉਹ ਹੁਣ ਧਾਰਮਿਕ ਗੀਤ ਗਾਵੇਗਾ। ਉਸਨੇ ਸਭ ਤੋਂ ਪਹਿਲਾਂ ਗੀਤ ਗਾਇਆ ਬਾਬਾ ਸਾਥੋਂ ਖੋਲਿਆ ਤੇਰਾ ਨਨਕਾਣਾ। ਸੋ ਇਸ ਤਰ੍ਹਾਂ ਦੇ ਗੀਤ, ਧਾਰਮਿਕ ਗੀਤ ਅਮਰ ਸਿੰਘ ਚਮਕੀਲਾ ਹੋਰਾਂ ਨੇ ਪਬਲਿਸ਼ ਕੀਤੇ। ਇਹ ਗੀਤ ਸਵਰਨ ਸੀਵੀਆ ਨੇ ਲਿਖਿਆ। ਉਹਨਾਂ ਦਾ ਇੱਕ ਮਸ਼ਹੂਰ ਗੀਤ ਹੋਇਆ ਸਵਰਨ ਸੀਵੀਆ ਦਾ, ਜੋ ਹੁਣ ਸਾਡੇ ਵਿੱਚ ਨਹੀਂ ਨੇ। ਉਹਨਾਂ ਦੀ ਇੱਕ ਮਲ ਹਿਸਟਰੀ ਅੱਜ ਤੱਕ ਨਹੀਂ ਸੁਲਝੀ, ਪਰ ਇੱਕ ਅਲੱਗ ਵਿਸ਼ਾ ਇਹ ਹੈ ਕਿ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਹੋਰਾਂ ਦੀ ਇੱਕ ਜਿਹੜੀ ਮਰਡਰ ਹਿਸਟਰੀ ਹੈ ਉਹਨੂੰ ਅੱਜ ਤੱਕ ਕੋਈ ਵੀ ਸੁਲਝਾ ਨਹੀਂ ਸਕਿਆ। ਉਹਦਾ ਵੀ ਇੱਕ ਕਾਰਨ ਤੁਹਾਡੇ ਨਾਲ ਸਾਂਝਾ ਕਰਦੇ ਹਾਂ। ਇਹ ਸਾਰਾ ਕੱਟਿਆ ਹੋਇਆ ਨਾ ਮੇਰਾ ਖਿਆਲ? ਇਹ ਉਹ ਗੀਤ, ਇਹ ਉਹ ਰਾਹ ਹੈ ਤੇ ਇਹ ਉਹ ਘਰ ਹੈ। ਇਹ ਉਹ ਰਾਹ ਹੈ ਤੇ ਇਹ ਉਹ ਘਰ ਹੈ ਜਿਸ ਵਿੱਚ ਚਮਕੀਲੇ ਤੇ ਉਹਨਾਂ ਦਾ ਪਤਨੀ ਦਾ ਆਖਰੀ ਵਾਰ ਰੋਟੀ ਖਾਧੀ ਸੀ ਤੇ ਉਹਨਾਂ ਦੀ ਮੌਤ ਨੂੰ ਲੈ ਕੇ ਬਹੁਤ ਸਾਰੇ ਲੋਕ ਬਹੁਤ ਕੁਝ ਕਹਿ ਗਏ ਸਨ, ਪਰ ਹੁਣ ਵੀ ਕਿਸੇ ਵੀ ਗੱਲ ਨੂੰ ਸਪਸ਼ਟ ਰੂਪ ਵਿੱਚ ਨਹੀਂ ਲਿੱਤਾ ਜਾਂਦਾ ਪਰ ਇਸ ਕਿਸੇ ਵੀ ਗੱਲ ਨੂੰ ਸਪਸ਼ਟ ਰੂਪ ਦੇ ਵਿੱਚ ਨਹੀਂ ਲਿੱਤਾ ਜਾਂਦਾ ਪਰ ਇੱਕ ਝਲਕ ਤੁਹਾਨੂੰ ਜ਼ਰੂਰ ਸਾਂਝੀ ਕਰਾਂਗੇ ਜਿੱਥੇ ਅਮਰ ਸਿੰਘ ਚਮਕੀਲਾ ਹੋਰਾਂ ਨੇ ਲਾਸਟ ਟਾਈਮ ਰੋਟੀ ਖਾਧੀ, ਜਿੱਥੇ ਅਖਾੜਾ ਸੀ, ਜਿਸ ਪਿੰਡ ਦੇ ਵਿੱਚ। ਉਹ ਰਸਤੇ ਵੀ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਅਤੇ ਨਾਲ ਦੀ ਨਾਲ ਉਹਨਾਂ ਦੀ ਇੱਕ ਮੌਤ ਦਾ ਕੁਝ ਲੋਕ ਉਹਨਾਂ ਦੇ ਗਾਣੇ, ਜਿਹੜਾ ਮੇਨ ਕਾਰਨ ਜੇ ਦੇਖਿਆ ਜਾਵੇ ਤਾਂ ਉਹਨਾਂ ਨੂੰ ਕੁਝ ਲੋਕ ਲੱਚਰ ਕਹਿੰਦੇ ਸੀ। ਇਹ ਸਪਸ਼ਟ ਹੈ ਕਿ ਲੱਚਰ ਗਾਣੇ ਅਮਰ ਸਿੰਘ ਚਮਕੀਲਾ ਹੋਰਾਂ ਨੇ ਕੱਢੇ। ਉਸ ਤੋਂ ਬਾਅਦ ਇਹ ਵਿਵਾਦ ਉਹਨਾਂ ਨਾਲ ਜੁੜਨਾ ਸ਼ੁਰੂ ਹੋਇਆ। ਕੁਝ ਲੋਕ ਉਹਨਾਂ ਨੂੰ ਪਸੰਦ ਕਰਦੇ ਸੀ, ਕੁਝ ਨਹੀਂ ਪਸੰਦ ਕਰਦੇ ਸੀ, ਕੁਝ ਲੋਕ ਉਹਨਾਂ ਦੇ ਹੱਕ ਦੇ ਵਿੱਚ ਸੀ, ਕੁਝ ਨਹੀਂ ਹੱਕ ਦੇ ਵਿੱਚ ਸੀਗੇ, ਪਰ ਉਹ ਜਿਹੜੇ ਹੱਕ ਦੇ ਵਿੱਚ ਸੀ ਜਾਂ ਨਹੀਂ ਹੱਕ ਦੇ ਵਿੱਚ ਸੀ ਉਹਨਾਂ ਵੱਲੋਂ ਨਹੀਂ ਇਸ ਤਰ੍ਹਾਂ ਦਾ ਕਤਲ ਕੀਤਾ ਗਿਆ। ਇਹ ਸਪਸ਼ਟ ਹੈ। ਉਹਨਾਂ ਨੂੰ ਮੈਂ ਦੱਸ ਦੇਣਾ ਚਾਹੁੰਦਾ ਕਿ ਕੁਝ ਪਤਾ ਲੱਗਿਆ ਹੈ ਕਿ ਅਸਰ ਸਿੰਘ ਦੀ ਮੌਤ ਗੋਲੀਆਂ ਨਾਲ ਹੀ ਹੋਈ ਹੈ, ਪਰ ਕੁਝ ਪਤਾ ਇਹ ਚੱਲਦਾ ਹੈ ਕਿ ਸਪਸ਼ਟ ਰੂਪ ਦੇ ਵਿੱਚ ਕਿ ਉਹਨਾਂ ਦੀ ਜਿਹੜਾ ਕਤਲ ਹੈ, ਸਪਸ਼ਟ ਇਹ ਗੱਲ ਸਾਹਮਣੇ ਆਉਂਦੀ ਹੈ, ਪਰ ਇਹ ਜ਼ਰੂਰ ਸਪਸ਼ਟ ਗੱਲ ਆਉਂਦੀ ਹੈ। ਸ਼ੁਰੂਆਤ ਤੋਂ ਹੀ ਲੈ ਲੈਂਦਾ ਮੈਂ। ਕੁਝ ਲੋਕ ਅਮਰ ਸਿੰਘ ਚਮਕੀਲਾ ਹੋਰਾਂ ਦੇ ਜਿਹੜੇ ਕਹਿ ਸਕਦੇ ਲੱਚਰ ਗਾਣੇ ਸੀਗੇ ਉਹਨਾਂ ਤੋਂ ਖਿਲਾਫ਼ ਵੀ ਸੀ, ਕੁਝ ਹੱਕ ਦੇ ਵਿੱਚ ਵੀ ਸੀ, ਪਰ ਇਹ ਸਪਸ਼ਟ ਰੂਪ ਦੇ ਵਿੱਚ ਸਾਹਮਣੇ ਆਉਂਦੀ ਹੈ ਗੱਲ ਕਿ ਜਿਹੜਾ ਕਤਲ ਹੈ ਅਮਰ ਸਿੰਘ ਚਮਕੀਲਾ ਹੋਰਾਂ ਦਾ ਜਾਂ ਅਮਰਜੋਤ ਕੌਰ ਹੋਰਾਂ ਦਾ, ਇਹਦੇ ਵਿੱਚ ਸਪਸ਼ਟ ਰੂਪ ਦੇ ਵਿੱਚ ਕਤਲ ਉਹਨਾਂ ਦਾ ਗੋਲੀਆਂ ਮਾਰ ਕੇ ਹੀ ਕੀਤਾ ਗਿਆ ਸੀਗਾ। ਇਹ ਸਪਸ਼ਟ ਹੈ। ਇਸ ਤੋਂ ਇਲਾਵਾ ਜਿਹੜੀਆਂ ਗੱਲਾਂ ਨੇ ਉਹ ਅਜੇ ਮਤਲਬ ਕਿ ਉਹਦੀ ਜਿਹੜੀ ਢਾਣੀ ਹੈ ਨਾ ਉਹ ਸੁਲਝੀ ਨਹੀਂ ਹੈ। ਇਹ ਵੀ ਅਲੱਗ ਇੱਕ ਮੈਟਰ ਬਣਦਾ ਹੈ ਕਿ ਵੀ ਉਹ ਢਾਣੀ ਕਿਉਂ ਨਹੀਂ ਸੁਲਝੀ ਅਜੇ ਤੱਕ, ਉਹਦੀ ਇਨਵੈਸਟੀਗੇਸ਼ਨ ਕਿਉਂ ਨਹੀਂ ਹੋਈ ਪ੍ਰੋਪਰ, ਕਿ ਕਿਉਂ ਹਜੇ ਤੱਕ ਅਸੀਂ ਉਹਨਾਂ ਨੂੰ ਉਹਨਾਂ ਲੋਕਾਂ ਨੂੰ ਪਛਾਣ ਹੀ ਨਹੀਂ ਸਕੇ ਜਿਹਨਾਂ ਲੋਕਾਂ ਨੇ ਕਤਲ ਕੀਤਾ। ਇਹ ਵੀ ਇੱਕ ਵੱਡਾ ਸਵਾਲ ਖੜਾ ਹੋ ਜਾਂਦਾ ਜਦੋਂ ਅਮਰ ਸਿੰਘ ਚਮਕੀਲਾ ਅਤੇ ਅਮਰਜੋਤ ਕੌਰ ਹੋਰਾਂ ਦੀ ਗੱਲ ਆਉਂਦੀ ਹੈ। ਤਾਂ ਅਗਲੀ ਗੱਲ ਕਰਦੇ ਹਾਂ ਤੁਹਾਡੇ ਨਾਲ ਕਿ ਅਮਰ ਸਿੰਘ ਚਮਕੀਲਾ ਹੋਰਾਂ ਦੇ ਉੱਤੇ ਇੱਕ ਹੋਰ ਗੱਲ ਹੈ ਕਿ ਅਮਰ ਸਿੰਘ ਚਮਕੀਲਾ ਹੋਰਾਂ ਦੇ ਉੱਤੇ ਅਣਗਿਣਤ ਗੋਲੀਆਂ ਵੀ
ਕਿਹਾ ਜਾਂਦਾ ਹੈ ਕਿ ਅਣਗਿਣਤ ਗੋਲੀਆਂ ਵੱਜੀਆਂ, ਪਰ ਇਹ ਵੀ ਨਹੀਂ ਹਜੇ ਮੈਂ ਸਪਸ਼ਟ ਆਖ ਸਕਦਾ ਕਿ ਵੀ ਸਾਨੂੰ ਕਿਤੋਂ ਇਹ ਐਵੀਡੈਂਸ ਹੋਵੇ ਸਵਾਟ ਸਾਡੇ ਕੋਲ ਕਿ ਬਹੁਤ ਗੋਲੀਆਂ ਵੱਜੀਆਂ, ਕਿਉਂਕਿ ਕਈ ਵਾਰੀ ਇਹ ਸੁਣਨ 'ਚ ਆਉਂਦਾ ਕਿ ਦੋ ਗੋਲੀਆਂ ਵੱਜੀਆਂ, ਕਈ ਵਾਰੀ ਇਹ ਸੁਣਿਆ ਜਾਂਦਾ ਹੈ ਕਿ ਬਹੁਤ ਗੋਲੀਆਂ ਵੱਜੀਆਂ, ਤਾਂ ਇਹ ਵੀ ਸੱਚੋ ਪੰਜ ਦੀ ਇੱਕ ਗੱਲ ਹੋ ਗਈ ਕਿ ਇਨਵੈਸਟੀਗੇਸ਼ਨ ਨਹੀਂ ਪ੍ਰੋਪਰ ਹੋ ਪਾਈ, ਤਾਂ ਉਹ ਵੀ ਮੈਂ ਅਸੀਂ ਸੋਚਦੇ ਹਾਂ ਕਿ ਕਿਤੇ ਨਾ ਕਿਤੇ ਇਨਵੈਸਟੀਗੇਸ਼ਨ ਦਾ ਪਾਰਟ ਬਣ ਜਾਂਦਾ ਹੈ। ਇਸ ਤਰ੍ਹਾਂ ਦਾ ਲੈ ਕੇ ਮੈਂ ਕੋਈ ਵੀ ਬਿਆਨਬਾਜ਼ੀ ਨਹੀਂ ਕਰਾਂਗਾ, ਪਰ ਅਮਰ ਸਿੰਘ ਚਮਕੀਲਾ ਹੋਰਾਂ ਦਾ ਕਤਲ ਜ਼ਰੂਰ ਹੋਇਆ ਸੀਗਾ ਗੋਲੀਆਂ ਮਾਰ ਕੇ, ਇਹ ਵੀ ਗੱਲ ਸਾਹਮਣੇ ਕੀਤੀ ਜਾਂਦੀ ਹੈ। ਅੱਗੇ ਗੱਲ ਕਰਦੇ ਹਾਂ ਕਿ ਚਮਕੀਲਾ ਸਹਿਤ ਉਸਦੇ ਨਾਲ ਉਸਦੀ ਪਤਨੀ ਅਤੇ ਉਸਦੇ ਦੋ ਦੋਸਤ ਇਸ ਕਤਲ ਦੇ ਵਿੱਚ ਮਾਰੇ ਗਏ ਸੀਗੇ, ਉਹਨਾਂ 'ਤੇ ਵੀ ਗੋਲੀਆਂ ਵਰਸਾਈਆਂ ਗਈਆਂ ਸੀ। ਬੜੀ ਦੁੱਖ ਭਰੀ ਗੱਲ ਹੈ ਕਿ ਅਮਰ ਸਿੰਘ ਚਮਕੀਲਾ ਦੇ ਨਾਲ ਅਮਰਜੋਤ ਕੌਰ ਉਹਨਾਂ ਦੀ ਪਤਨੀ ਅਤੇ ਉਸਦੇ ਦੋ ਦੋਸਤ ਵੀ ਮਾਰੇ ਗਏ ਸੀ, ਅਤੇ ਚਮਕੀਲੇ ਦੇ ਨਾਲ ਨਾਲ ਇਹਨਾਂ ਦੀ ਵੀ ਮੌਤ ਹੋ ਗਈ। ਚਮਕੀਲੇ ਦੇ ਦੋ ਦੋਸਤ ਉਹਨਾਂ ਦੇ ਨਾਲ ਗੀਤ ਵਿੱਚ ਚਮਕੀਲੇ ਦੇ ਨਾਲ ਸਨ, ਇਹਨਾਂ ਨੂੰ ਵੀ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ, ਅਤੇ ਚਮਕੀਲੇ ਦੇ ਅਣਗਿਣਤ ਗੋਲੀਆਂ ਦੀ ਬਾਰਿਸ਼ ਹੋਈ ਅਤੇ ਉਹਨਾਂ ਸਾਰਿਆਂ ਦੀ ਮੌਤ ਹੋ ਗਈ। ਚਮਕੀਲੇ ਅਤੇ ਉਸਦੀ ਪਤਨੀ ਨੂੰ ਦੁਗਰੀ ਵਿੱਚ ਉਸਦੀ ਸਮਾਧ ਬਣਾ ਦਿੱਤੀ ਗਈ ਅਤੇ ਉਸਦੇ ਦੋ ਦੋਸਤ ਉਹਨਾਂ ਨੂੰ ਆਪਣੇ ਆਪਣੇ ਪਿੰਡ ਲੈ ਗਏ। ਅਤੇ ਜਿਹੜੇ ਚਮਕੀਲੇ ਦੇ ਦੋ ਦੋਸਤ ਸੀਗੇ ਉਹਨਾਂ ਨੂੰ ਉਹਨਾਂ ਦੇ ਪਿੰਡ ਲੈ ਗਏ, ਅਤੇ ਇਸ ਤਰ੍ਹਾਂ ਚਮਕੀਲੇ ਦੀ ਫੈਮਿਲੀ ਚਮਕੀਲੇ ਦੀ ਮੌਤ ਦਾ ਹਾਦਸਾ ਨਾ ਸਹਿ ਸਕੇ ਅਤੇ ਉਹਨਾਂ ਦੇ ਮਾਤਾ ਪਿਤਾ ਦੀ ਮੌਤ ਹੋ ਗਈ। ਅਤੇ 35 ਵਰ੍ਹਿਆਂ ਬਾਅਦ ਵੀ ਅਮਰ ਸਿੰਘ ਚਮਕੀਲਾ ਹੋਰਾਂ ਨੂੰ ਉਸੇ ਤਰ੍ਹਾਂ ਯਾਦ ਕੀਤਾ ਜਾਂਦਾ ਹੈ ਜਿੱਦਾਂ 35 ਵਰ੍ਹਿਆਂ ਪਹਿਲਾਂ ਯਾਦ ਕੀਤਾ ਜਾਂਦਾ ਸੀ, ਅਤੇ ਹਰ ਸਾਲ ਡੁਗਰੀ ਵਿਖੇ ਇੱਕ ਮੇਲੇ ਦਾ ਰੂਪ ਬਣਦਾ ਹਰ ਬਰਸੀ ਦੇ ਉੱਤੇ। ਅਤੇ ਪਰ ਜ਼ਾਹਿਰ ਹੈ ਕਿ ਉਹਨਾਂ ਦੇ ਚਾਹੁਣ ਵਾਲੇ ਅੱਜ ਵੀ ਉਸੇ ਤਰ੍ਹਾਂ ਉਹਨਾਂ ਨੂੰ ਸੁਣਦੇ ਨੇ, ਅਤੇ ਆਸ ਕਰਦੇ ਹਾਂ ਇਸੇ ਤਰ੍ਹਾਂ ਦੀਆਂ ਤੁਹਾਡੇ ਨਾਲ ਗੱਲਾਂ ਬਾਤਾਂ ਸਾਂਝ ਪਾਉਂਦੇ ਰਹਾਂਗੇ। ਹੁਣ ਲਈ ਦਿਓ ਇਜਾਜ਼ਤ, ਧੰਨਵਾਦ।